संयुक्त राज ने 3.4 मिलियन अमेरिकी डॉलर मुल दिया एक सौ बानवे चोरी हुई पुरातन वस्तान पाकिस्तान में वापस कर दी न्यूयॉर्क मैनहटन जिला अटॉर्नी एम डी ए दफ्तर ने यह जानकारी दी एम डी ए दफ्तर ने एक बयान में कहा कि मैनहटन के दे जिला अटॉर्नी एलविन एल ब्रैग जूनियर ने अज पाकिस्तान के लोगों लगभग थ्री पॉइंट फोर मिलीयन अमरीकी डॉलर मुल दया एक सौ बानवे पुरातन वस्ता वापस करता ਤਸਕਰ ਸੁਭਾਸ਼ ਕਪੂਰ ਦੇ ਦਫਤਰ ਦੀ ਜਾਂਚ ਦੇ ਤਹਿਤ 187 ਪ੍ਰਾਤਨ ਵਸਤਾਂ ਜ਼ਬਤ ਕੀਤੀਆਂ ਗਈਆਂ ਸਨ ਜਦਕਿ ਬਾਕੀ ਬਚੀਆਂ ਹੋਰ ਚੱਲ ਰਹੇ ਅਪਰਾਧਿਕ ਜਾਂਚਾਂ ਦੇ ਅਨੁਸਾਰ ਬਰਾਮਦ ਕੀਤੀਆਂ ਗਈਆਂ ਅੱਜ ਵਾਪਸ ਕੀਤੀਆਂ ਜਾ ਰਹੀਆਂ ਕੁਝ ਵਸਤੂਆਂ ਵਿੱਚ ਇੱਕ ਮੈਤਰੇ ਜਾਂ ਬੁੱਧ ਦੇ ਇੱਕ ਗਿਆਨਵਾਨ ਰੂਪ ਨੂੰ ਦਰਸਾਉਂਦਾ ਇੱਕ ਗੰਦਾਰ ਵਿਦਾਨ ਸ਼ਾਮਿਲ ਹੈ ਜਿਸ ਨੂੰ ਪਾਕਿਸਤਾਨ ਤੋਂ ਲੁੱਟਿਆ ਗਿਆ ਸੀ ਅਤੇ 1990 ਦੇ ਦਹਾਕੇ ਦੌਰਾਨ ਤਸਕਰੀ ਨੈੱਟਵਰਕ ਦੁਆਰਾ ਨਿਊਯਾਰਕ ਕਾਉਂਟੀ ਵਿੱਚ ਤਸਕਰੀ ਕਰਕੇ ਲਿਆਂਦਾ ਗਿਆ ਸੀ 2012 ਵਿੱਚ ਦਫ਼ਤਰ ਨੇ ਕਪੂਰ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਨਵੰਬਰ 2019 ਵਿੱਚ ਦਫ਼ਤਰ ਨੇ ਕਪੂਰ ਅਤੇ ਉਸ ਦੇ 7 ਸਹਿ-ਮੁਲਜ਼ਮਾਂ ਨੂੰ ਟ੍ਰੈਫਿਕ ਚੋਰੀ ਦੀਆਂ ਪੁਰਾਣੀਆਂ ਚੀਜ਼ਾਂ ਦੇ ਸਾਜ਼ਿਸ਼ ਰਚਣ ਲਈ ਦੋਸ਼ੀ ਠਹਿਰਾਇਆ ਜੁਲਾਈ 2020 ਵਿੱਚ ਦਫ਼ਤਰ ਨੇ ਪੰਜ ਭਾਰਤ ਅਦਾਲਤ ਕੋਡ ਫਿੰਟੈਂਸ ਅਤੇ ਕਪੂਰ ਲਈ ਭਾਰਤ ਵਿੱਚ ਹਵਾਲਗੀ ਕਾਗਜ਼ੀ ਕਾਰਵਾਈ ਧਾਰਿਤ ਕੀਤੀ ਜੋ ਕਿ 2012 ਤੋਂ ਚੋਰੀ ਹੋਈਆਂ ਭਾਰਤੀ ਪੁਰਾਤੱਤਵ ਚੀਜ਼ਾਂ ਨੂੰ ਵੇਚਣ ਵਿੱਚ ਉਸ ਦੀ ਭੂਮਿਕਾ ਨਾਲ ਸੰਬੰਧਿਤ ਦੋਸ਼ਾਂ ਲਈ ਜੇਲ੍ਹ ਵਿੱਚ ਬੰਦ ਸੰ। ਪਿਛਲੇ ਹਫਤੇ ਕਪੂਰ ਅਤੇ ਦਫਤਰ ਦੁਆਰਾ ਦੋਸ਼ੀ ਇੱਕ ਸਹਿ ਮੁਲਜ਼ਮ ਸੰਜੀਵ ਅਸੋਕਨ ਨੂੰ ਭਾਰਤ ਦੇ ਕੁੰਬਕੋਮਨ ਵਿੱਚ ਇੱਕ ਵਿਸ਼ੇਸ਼ ਅਦਾਲਤ ਦੁਆਰਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਸੁਣਾਈ ਗਈ ਸੀ। ਕਪੂਰ ਨੂੰ ਚੋਰੀ ਦੀ ਸੰਪਤੀ ਪ੍ਰਾਪਤ ਕਰਨ ਉਸ ਦਾ ਸੌਦਾ ਕਰਨ ਅਤੇ ਸਾਜ਼ਿਸ਼ ਰਚਣ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਜੁਰਮਾਨਾ ਲਗਾਇਆ ਗਿਆ ਸੀ ਅਤੇ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜ਼ਿਲ੍ਹਾ ਐਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਦਫ਼ਤਰ ਸੰਯੁਕਤ ਰਾਜ ਵਿੱਚ ਮੁਕੱਦਮੇ ਦੀ ਪੈਰਵੀ ਕਰਨਾ ਜਾਰੀ ਰੱਖ ਰਿਹਾ ਹੈ ਹਾਲ ਹੀ ਦੇ ਦੋਸ਼ਾਂ ਵਿੱਚ ਦੋ ਸਹਿ ਮੁਲਜ਼ਮਾ ਨੂੰ ਪਹਿਲਾਂ ਹੀ ਦਫ਼ਤਰ ਦੁਆਰਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਜਿਸ ਵਿੱਚ 2020 ਵਿੱਚ ਰਿਚਰਡ ਸੈਲਮਨ ਅਤੇ 2021 ਵਿੱਚ ਨੀਲ ਪੈਰੀ ਸ਼ਾਮਲ ਨੇ ਤਿੰਨ ਹੋਰ ਸਹਿ ਸਾਜ਼ਿਸ਼ਕਰਤਾਵਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ 2013 ਵਿੱਚ ਸੈਲੀਨਾ ਮੁਹੰਮਦ ਅਤੇ ਆਰੇਨ ਫਰੀਡਮੈਨ ਅਤੇ 2014 ਵਿੱਚ ਸੁਸ਼ਮਾ ਸਰੀਨ ਸਮੇਤ ਪੁਰਾਤਨ ਵਸਤੂਆਂ ਨੂੰ ਪਾਕਿਸਤਾਨ ਕੌਂਸਲੇਟ ਵਿੱਚ ਇੱਕ ਵਤਨ ਵਾਪਸੀ ਸਮਾਰੋਹ ਦੌਰਾਨ ਵਾਪਸ ਕੀਤਾ ਗਿਆ ਸੀ ਜਿਸ ਵਿੱਚ ਨਿਊਯਾਰਕ ਵਿੱਚ ਪਾਕਿਸਤਾਨ ਦੀ ਕੌਂਸਲ ਜਨਰਲ ਆਇਸ਼ਾ ਅਲੀ ਅਤੇ ਯੂਐਸ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਐਚਐਸਆਈ ਦੇ ਸਹਾਇਕ ਸਪੈਸ਼ਲ ਏਜੰਟ ਇਨ ਚਾਰਜ ਥਾਮਸ ਐਕਸਰਲਾ Hazard